ਕਿ ਇਮਰਾਨ ਖਾਨ ਸਾਹਿਬ ਨੂੰ ਕਦੇ ਇੱਧਰ ਸੱਦ ਕੇ ਆ ਸਨਮਾਨ ਕੀਤਾ ਜਾਵੇ ਉਹਨਾਂ ਦਾ? ਬਿਲਕੁਲ ਜੀ, ਜੇ ਰੱਬ ਨੇ ਚਾਹਿਆ ਤੇ ਬਸ ਮੈਂ ਚਾਹਾਂਗਾ ਆਪਾਂ ਵੀ ਇੱਥੇ ਇੰਨਾ ਹੀ ਪਿਆਰ ਦੇਈਏ, ਦੋਨੋਂ ਪਾਸੇ ਪਿਆਰ ਰਹੇ। ਸ਼ਾਮ ਦੀ ਉਹ ਕਹਿੰਦੇ ਨੇ ਉਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ। ਆਗਾਜ਼ ਤੋਂ ਬਹੁਤ ਅੱਛਾ ਹੈ ਔਰ ਅੰਜਾਮ ਅੱਛੇ ਹੋਣਗੇ। ਕਿ 1947 ਤੋਂ ਬਾਅਦ ਪੰਜਾਬ ਵਾਸਤੇ ਐਡੂ ਵੱਡੀ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ ਜੋ ਅੱਜ ਆਪਾਂ ਨੂੰ ਮਹਿਸੂਸ ਹੋਈ। 550ਵਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹ ਚੁੱਕਿਆ ਹੈਗਾ ਅਤੇ ਇਸ ਦੇ ਮੁੱਖ ਦੁਆਰ 'ਤੇ ਅਸੀਂ ਖੜ੍ਹੇ ਹਾਂ ਜਿੱਥੇ ਤੁਸੀਂ ਇਹ ਖੂਬਸੂਰਤ ਨਜ਼ਾਰਾ ਦੇਖ ਰਹੇ ਹੋ ਸ਼ਿਲਾ ਲੇਖ ਦਾ, ਜਿੱਥੇ ਤੁਹਾਨੂੰ ਮੂਲ ਮੰਤਰ, ਜਿੱਥੇ ਭਾਈ ਮਰਦਾਨਾ ਜੀ ਦੀ ਇਹ ਰਬਾਬ ਆਪਣੇ ਆਪ ਵਿੱਚ ਉਹ ਸੁਨੇਹੇ ਦੇ ਰਹੀ ਹੈ ਜਿਸ ਸੁਨੇਹੇ ਦਾ ਇੰਤਜ਼ਾਰ ਹਮੇਸ਼ਾ ਸਾਨੂੰ ਰਹਿੰਦਾ ਅਤੇ ਉਸ ਸੁਨੇਹੇ ਦੇ ਵਿਚਾਲੇ ਸੁਨੇਹਾ ਕਰਤਾਰਪੁਰ ਲਾਂਘੇ ਤੋਂ ਵੀ ਆਇਆ ਹੈਗਾ। ਪ੍ਰਸਿੱਧ ਕਾਰੋਬਾਰੀ ਐਸ ਪੀ ਸਿੰਘ ਓਬਰਾਏ ਇਸ ਨੂੰ ਸਾਡੇ ਨਾਲ ਮੌਜੂਦ ਹੈਗੇ ਆ, ਜਿਹੜੇ ਕਰਤਾਰਪੁਰ ਲਾਂਘੇ ਜ਼ਰੀਏ ਉੱਧਰ ਅਕੀਦਤ ਭੇਟ ਕਰਕੇ ਆਏ ਹੈਗੇ ਆ ਅਤੇ ਇਸ ਸ਼ਿਲਾਲੇਖ ਦਾ ਆਗਾਜ਼ ਵੀ ਉਹਨਾਂ ਨੇ ਕੀਤਾ ਹੈਗਾ, ਸਭ ਕੁਛ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਓਬਰਾਏ ਸਾਹਿਬ, ਜ਼ਾਹਿਰ ਜੀ ਗੱਲ ਹੈ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਛੋਟਾ ਹੁੰਦਾ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ। ਓਬਰਾਏ ਸਾਹਿਬ, ਇਹ ਸੁਪਨਾ ਸਾਕਾਰ ਹੋਇਆ 72 ਸਾਲਾਂ ਬਾਅਦ? ਬਿਲਕੁਲ ਜੀ, 72 ਸਾਲਾਂ ਬਾਅਦ ਸਰਕਾਰ ਹੋਇਆ ਔਰ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਅੱਜ ਹੀ ਲੰਘਾ ਖੁੱਲ੍ਹਿਆ ਔਰ ਪਹਿਲੇ ਜੱਥੇ ਵਿੱਚ ਹੀ ਜਿਹੜਾ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਔਰ ਬੜਾ ਅੱਛਾ ਮੈਂ ਐਕਸਪੀਰੀਅੰਸ ਲੈ ਕੇ ਆਇਆ ਉੱਥੋਂ ਦੀ, ਕਿਉਂਕਿ ਜੇ ਅਸੀਂ ਸ਼ੁਰੂ ਕਰੀਏ ਇੱਥੋਂ ਇਮੀਗ੍ਰੇਸ਼ਨ ਤੋਂ ਇੰਡੀਆ ਵਾਲੇ ਪਾਸੋਂ ਤੋਂ ਬੜੇ ਅੱਛੇ ਇੰਤਜ਼ਾਮ ਕੀਤੇ ਗਏ ਸੀ, ਬੜੇ ਅੱਛੇ ਕਾਊਂਟਰ ਬਣੇ ਸੀ, ਕੋਈ ਸਾਨੂੰ ਪ੍ਰੋਬਲਮ ਕੋਈ ਨਹੀਂ ਆਈ। ਜਦੋਂ ਪਾਕਿਸਤਾਨ ਅਸੀਂ ਇਮੀਗ੍ਰੇਸ਼ਨ ਪਹੁੰਚਿਆ ਉੱਥੇ ਸਾਨੂੰ ਸਾਰਾ ਹਰ ਬੰਦਾ ਸਾਨੂੰ ਖੇੜੇ ਮੱਥੇ ਮਿਲਿਆ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੇ ਸਾਨੂੰ ਇਹੀ ਬੁਲਾਈ ਹੈ ਔਰ ਹਰ ਦੇ ਚਿਹਰੇ ਦੇ ਉੱਤੇ ਜਿਹੜੀ ਮੁਸਕਾਨ ਸੀਗੀ ਸਾਨੂੰ ਅੱਛਾ ਵੈਲਕਮ ਸਾਡਾ ਕੀਤਾ ਗਿਆ। ਗੁਰਦੁਆਰਾ ਸਾਹਿਬ ਜਿਸ ਲੈ ਗਏ ਹਾਂ ਅਤੇ ਦਿਲ ਖੁਸ਼ ਹੋ ਗਿਆ ਗੁਰਦੁਆਰਾ ਸਾਹਿਬ ਦੇਖ ਕੇ ਕਿ ਬਹੁਤ ਅੱਛੀਆਂ ਬਿਲਡਿੰਗ ਬਣਾ ਦਿੱਤੀ ਉਹਨਾਂ ਨੇ ਅਤੇ ਸਭ ਤੋਂ ਵਧੀਆ ਜਿਹੜੀ ਗੱਲ ਸੀ ਕਿ ਉਹਨਾਂ ਨੇ ਜਿਹੜੇ ਤਿੰਨ ਪਾਸੇ ਕਵਰ ਕੀਤੇ ਨੇ ਅਤੇ ਇੱਥੋਂ ਆਪਣੇ ਜਿਹੜਾ ਸਾਡਾ ਬਾਰਡਰ ਪੈਂਦਾ ਉੱਥੋਂ ਲੈ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਸੀਂ ਸਿੱਧੇ ਕਰ ਸਕਦੇ ਹਾਂ, ਅਗਰ ਮੌਸਮ ਸਾਫ਼ ਹੋਵੇ ਤਾਂ ਵੈਸੇ ਹੀ ਸਾਡੇ ਦਰਸ਼ਨ ਹੋ ਜਾਂਦੇ ਨੇ, ਅਦਰਵਾਈਜ਼ ਦੂਰਬੀਨ ਲੱਗੀ ਹੋਈ ਹੈ। ਸੋ ਉਹਨਾਂ ਵੱਲੋਂ ਵੀ ਇੱਕ ਜਿਹੜਾ ਕੀਤਾ ਗਿਆ ਕਿ ਉੱਥੋਂ ਲੈ ਕੇ ਗੁਰਦੁਆਰਾ ਸਾਹਿਬ ਤੋਂ ਇਸ ਲਾਂਘੇ ਤੱਕ 4 ਕਿਲੋਮੀਟਰ ਦੇ ਵਿੱਚ ਕੋਈ ਬਿਲਡਿੰਗ ਨਹੀਂ ਆਉਣੇ ਦੇ ਵਿੱਚ, ਇਸ ਪਾਸੇ ਨੂੰ ਉਹਨਾਂ ਨੇ ਖੁੱਲ੍ਹਾ ਛੱਡਿਆ। ਉਹਨੀਆਂ ਸਰਾਵਾਂ ਹੋ ਗਈਆਂ ਜਾਂ ਜੋ ਵੀ ਬਣਾਇਆ ਗਿਆ, ਦੀਵਾਨ ਹਾਲ ਬਣਾਏ ਗਏ ਨੇ ਜਾਂ ਲੰਗਰ ਹਾਲ ਬਣਾਏ ਗਏ ਨੇ, ਉਹ ਸਾਰੇ ਯੂ ਸ਼ੇਪ 'ਚ ਬਣਾਏ ਗਏ ਨੇ, ਇੱਧਰਲੀ ਸਾਈਡ ਸਾਰੀ ਖਾਲੀ ਰੱਖੀ ਹੈ ਕਿ ਤਾਂ ਜੋ ਇੱਧਰੋਂ ਅਸੀਂ ਬਾਰਡਰ ਤੋਂ ਵੀ ਜਿਹੜਾ ਅਸੀਂ ਦਰਸ਼ਨ ਕਰ ਸਕੀਏ। ਸੋ ਮੈਂ ਬਹੁਤ ਧੰਨਵਾਦੀ ਹਾਂ ਪਾਕਿਸਤਾਨ ਗੌਰਮੈਂਟ ਦਾ ਵੀ, ਇੰਡੀਆ ਗੌਰਮੈਂਟ ਦਾ ਵੀ ਕਿ ਜਿਹਨਾਂ ਨੇ ਸਾਂਝੇ ਉਪਰਾਲੇ ਨਾਲ ਜਿਹੜਾ ਇਹ ਇੱਕ ਸਾਡੇ ਅਸੀਂ ਅਰਦਾਸ ਕਰਦੇ ਸੀ ਕਿ ਸਿੱਖਾਂ ਨੂੰ ਜਿਹੜੇ ਆਪਣੇ ਗੁਰਦੁਆਰੇ ਗੁਰਧਾਮਾਂ ਤੋਂ ਜਿਹਨਾਂ ਤੋਂ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਆ ਜਾਵੇ। ਸੋ ਅੱਜ ਜਿਹੜੇ ਉਹ ਖੁੱਲ੍ਹੇ ਦਰਸ਼ਨ ਦੇ ਦਰ ਸੀ ਅੱਜ ਉਹ ਹੋ ਗਏ ਨੇ, ਅਸੀਂ ਕਰਕੇ ਆਏ ਹਾਂ, ਅਸੀਂ ਬਹੁਤ ਬਹੁਤ ਧੰਨਵਾਦੀ ਔਰ ਦਿਲ ਬਹੁਤ ਬਾਗੋ ਬਾਗ ਹੋ ਗਿਆ। ਓਬਰਾਏ ਸਾਹਿਬ, 77 ਭਰੀ ਬਿਆਨਬਾਜ਼ੀ ਆ ਜਿਹੜੀ ਉਹ ਹਮੇਸ਼ਾ ਇੱਕ ਚੰਗੇ ਕੰਮ ਦੇ ਵਿੱਚ ਰੋੜਾ ਬਣਦੀ ਹੈਗੀ ਹੈ, ਉਹ ਸਿਆਸਤ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ 77 ਭਰੇ ਬਿਆਨ ਦਿੰਦੇ ਪਏ ਹੈਗੇ? ਦੇਖੋ ਇੱਥੇ ਸਿਆਸਤਾਂ ਚੱਲਦੀਆਂ, ਲੇਕਿਨ ਮੈਂ ਤਾਂ ਇੱਕ ਗੱਲ 'ਤੇ ਯਕੀਨ ਕਰਦਾ ਕਿ ਦੇਖੋ ਹੁਣ ਤੁਸੀਂ 3 ਦਿਨ ਪਹਿਲਾਂ ਦੇਖੋ ਇੱਥੇ ਕਿੰਨੀਆਂ ਬਾਰਿਸ਼ਾਂ ਆਈਆਂ, ਉਸ ਤੋਂ ਪਹਿਲਾਂ ਬੜੇ ਅੱਛੇ ਅਰੇਂਜਮੈਂਟ ਕੀਤੇ ਗਏ ਸੀ ਅਤੇ ਬਾਬੇ ਨਾਨਕ ਨੇ ਆਪਣੇ ਆਪ ਹੱਥ ਦੇ ਕੇ ਕਰਾ ਲਿਆ। ਸਿਆਸਤਾਂ ਚੱਲਦੀਆਂ ਰਹਿੰਦੀਆਂ ਨੇ ਜੀ, ਹਰ ਪਾਰਟੀ ਕੁਛ ਨਾ ਕੁਛ ਕਰਦੀ ਰਹਿੰਦੀ ਹੈ, ਲੇਕਿਨ ਮੈਂ ਤਾਂ ਇਹੀ ਮੰਨਦਾ ਕਿ ਬਾਬੇ ਨਾਨਕ ਨੇ ਹੱਥ ਦੇ ਕੇ ਸਾਰੇ ਕੰਮ ਕਰਾਏ ਨੇ, ਲੰਘਾ ਵੀ ਖੁੱਲ੍ਹਿਆ ਗਿਆ। ਅੱਜ ਤੁਸੀਂ ਦੇਖ ਰਹੇ ਹੋ, ਤੁਹਾਨੂੰ ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ ਥੋੜ੍ਹਾ ਜਿਹਾ। ਇਹ ਜਿਹੜਾ ਟੀ ਪੁਆਇੰਟ ਆ, ਇਸ ਪਾਸੋਂ ਜਿਹੜਾ ਸਾਰੀਆਂ ਸੰਗਤਾਂ ਨੇ ਇਸ ਪਾਸੋਂ ਆਉਣਾ, ਸੋ ਇੱਥੋਂ ਆ ਕੇ ਇੱਧਰ ਸਿੱਧਾ ਅੱਗੇ ਨਿਕਲ ਜਾਣਾ। ਆਹ ਤੁਸੀਂ ਦੇਖਿਆ ਇਹ ਤਕਰੀਬਨ 30 ਫੁੱਟ ਜਿਹੜਾ ਰਾਊਂਡ ਬੋਟ ਹੈਗਾ, ਘੇਰਾ ਹੈਗਾ, ਇਹਦੇ ਵਿੱਚ ਜਿਹੜਾ ਸ਼ਿਲਾਲੇਖ ਬਣਾਇਆ ਗਿਆ ਇਹ 2 ਫੁੱਟ ਚੌੜਾ ਹੈਗਾ ਔਰ ਇਹ 12 ਫੁੱਟ ਦੀ ਲੰਬਾਈ ਹੈਗੀ ਹੈ। ਅਗਰ ਉਚਾਈ ਦੀ ਗੱਲ ਕਰੀਏ ਤਾਂ ਟੋਟਲ ਜਿਹੜਾ ਹੈ ਇਹ 31 ਫੁੱਟ ਜਿਹੜਾ ਉੱਚਾ ਬਣਾਇਆ ਗਿਆ, ਇਹਦੇ ਵਿੱਚ ਜਿਹੜੀ ਭਾਈ ਮਰਦਾਨਾ ਜੀ ਦੇ ਰਬਾਬ ਦਾ ਮਾਡਲ ਜਿਹੜਾ ਬਣਾ ਕੇ ਤਿਆਰ ਕੀਤਾ ਗਿਆ ਉਹ 5.25 ਫੁੱਟ ਹੈਗਾ। ਨਾਲ ਤੁਸੀਂ ਇਹ ਕੁੰਭਕਾਰ ਦੇਖ ਰਹੇ ਹੋ, ਇੱਥੇ ਪੂਰਾ ਮੂਲ ਮੰਤਰ ਸਾਡਾ ਲਿਖਿਆ ਗਿਆ, ਥੱਲੇ ਭਾਈ ਗੁਰਦਾਸ ਜੀ ਦੀ ਤੁੱਕ ਲਿਖੀ ਗਈ ਹੈ, ਉੱਪਰ ਚੱਲ ਜਾਓ ਤਾਂ ਉੱਤੇ ਦੇਖੋ ਇੱਕ ਓਮਕਾਰ ਤੁਹਾਨੂੰ ਘੁੰਮਦੇ ਨਜ਼ਰ ਆ ਰਹੇ ਨੇ। ਸੋ ਉਹ ਤਕਰੀਬਨ 9 ਫੁੱਟ ਜਿਹੜੀ ਉਹਦੀ ਹਾਈਟ ਹੈਗੀ ਆ ਉਹ ਬਣਿਆ, ਟੋਟਲ ਇੰਨਾ ਬਣਾ ਕੇ ਇਹ ਜਿਹੜੇ ਆ ਮੂਲ ਮੰਤਰ ਲਿਖਿਆ ਗਿਆ, ਜਿਹੜੀ ਆਪਣੀ ਭਾਈ ਰਬਾਬ ਜਿਹੜੀ ਬਣਾਈ ਗਈ ਹੈ, ਇਹਦਾ ਜਿਹੜਾ ਮਟੀਰੀਅਲ ਹੈਗਾ 5 ਧਾਤਾਂ ਨੂੰ ਮਿਕਸ ਕਰਕੇ ਅਤੇ ਉਹ ਬਣਾਇਆ ਗਿਆ ਔਰ ਬੜੇ ਅੱਛੇ ਕਾਰੀਗਰ ਨੇ ਜਿਹੜੀ ਬੜੀ ਡੇ ਟਾਈਮ ਦੇਖੋਗੇ ਤੁਹਾਨੂੰ ਪੂਰੀ ਮੀਨਾਕਾਰੀ ਜਿਹੜੀ ਇੱਥੇ ਇਹ ਨਜ਼ਰ ਆਏਗੀ। ਸੋ ਇਹ ਇੱਥੇ ਬਣਾਇਆ ਗਿਆ, ਇੱਥੇ ਸਾਡੇ ਮੰਤਰੀ ਸਾਹਿਬ ਰੰਧਾਵਾ ਸਾਹਿਬ ਦਾ ਇਹ ਸੀਗਾ ਕਿ ਇਹ ਲੈ ਕੇ ਇਸ ਰਾਊਂਡ ਬੋਰਡ ਨੂੰ ਇਹੋ ਜਿਹੀ ਕੋਈ ਚੀਜ਼ ਬਣਾ ਦਿੱਤੀ ਜਾਵੇ ਕਿ ਜਿਹੜੀ ਇੱਕ ਲੋਕਾਂ ਦਾ ਖਿੱਚਦਾ ਜਿਹੜਾ ਉਹ ਬਣੇ। ਹੁਣ ਅੱਜ ਤੁਸੀਂ ਦੇਖ ਰਹੇ ਹੋ, ਅੱਜ ਕੋਈ ਵੀ ਆਦਮੀ ਜਿਹੜਾ ਲੰਘਦਾ ਇੱਧਰੋਂ ਦੀ ਉਹ ਸੈਲਫੀ ਲੈ ਕੇ ਜਾਂਦਾ ਇੱਥੋਂ ਦੀ। ਇੱਕ ਹੋਰ ਚੀਜ਼ ਦੇਖਣ ਚਾਹੀਦੀ ਹੈ ਕਿ ਇਹ ਟੇਪਰ ਬਣਿਆ ਥੋੜ੍ਹਾ ਜਿਹਾ, ਇਸ ਤਰੀਕੇ ਨਾਲ ਨਹੀਂ ਬਣਿਆ। ਉਹਦਾ ਰੀਜ਼ਨ ਹੈ ਕਿ ਦੇਖੋ ਇੱਧਰੋਂ ਜਿਹੜੀ ਸੰਗਤ ਨੇ ਆਉਣਾ ਹੈ
उन्हां नूं रबाब भी नज़र आ रही है, मूल मंत्र भी, तो एक ओंकार भी घूमता नज़र आ रहा। जिहड़ी संगत ने जाके दर्शन करके उधरों वापस आना, तो यही सेम चीज़ जिहड़ी परले बन्ने भी है, तो वह संगत जिहड़े वापस आएगी तो उन्हां नूं यही तेरी सारिया चीज़ा है उधरों भी तुरियां दिखाई देणगियां। ये तैयार करन दा मकसद कोई खास है? देखो मकसद है, एक निशानी है। देखो अज मतलब कि गुरु नानक देव का 550 साल जो गुरपुरब सारे वर्ल्ड में मनाया जा रहा, और हर इंसान चाहता कि मैं कुछ ना कुछ मैं भी सेवा पा पावं, कुछ ना कुछ करा, तो उस तहत रखा गया। और देखो बाबा नानक नूं याद करके अज सारिया चीज़ा, देखो भाई मरदाना जी ने सारी जिंदगी गुरु साहब नाल बिताती, ईवन जदों वापस आ रहे थे उदासियों तो बाद, तो उन्होंने जिसले अंतम टाइम आया तो वह भी गुरु नानक देव जी के चोली में उन्होंने दम तोड़िया। सो इस चीज़ों से रखा एक निशानी तौर पर कि गुरु नानक देव जी का मूल मंत्र भी आ गया, एक ओंकार भी आ गया, और भाई मरदाना जी के रबाब भी एक चिन्ह बनाता गया, जिन्होंने आइकोन कह लो कि लांघे का आइकोन कह लो या करतारपुर साहब का आइकोन कह लो। सो इस तरीके तैयार किया गया। अबराज साहब बहुता समा तुसी विदेश विच गुजारदे हो, जिहड़ा प्रवासी भाईचारा साडा वसदा हैगा, उहनां दे लई तुसी की सुनेहा देना चाहुंदे हो? देखो एक तो मैं यही कहाँगा कि वैसे तो सारे वर्ल्ड विच अज जिहड़ा सी सेंट्रल गवर्नमेंट वालों एक डेलीगेशन आया सी इत्थे, जिहदे विच उहनां ने दुबई हो गया, आस्ट्रेलिया, न्यूजीलैंड, लंडन, जर्मन, फ्रांस, इटली, अमेरिका, कैनेडा, सो उत्थों एक एक दो दो बंदे जिहड़े सी, जिहड़े उत्थों दी अंबैसी ने जिहड़े सजेस्ट कीते सी कि इह बंदे दे नाम वैसे वालों आए थे। सो अज डेलीगेशन से, अज भी तकरीबन असं 61 बंदे जड़े से डेलीगेशन, मैं भी उस डेलीगेशन में ही हाँ, असं बसों में अमृतसर तो आए हैं, वो सू 4-5 दिन का इन्होंने स्टे दिता है उत्थे गवर्नमेंट सेंट्रल गवर्नमेंट वालों, और जिन्हें भी सारों बाहरों आए हैं, अज पहला दिन से कि जरा उत्थे जाके लांघे जाके तो गुरु साहब के दर्शन कराए ने, तो उत्थे जाके देखा कि साढ़े लोग तो कोई 500 बंदा गया होना, लेकिन अदरवाइज उत्थे तो घट्टो घट 8-10 हज़ार बंदा सीगा, जिहड़ा कि बाकी सारिया कंट्रियां विचों जिन्हें सिख सके उन्होंने भी खुले वीजे भी दे रहे हैं, सब कुछ कर रहे, और सारे आए हैं, और हर बंदा जरा से खेड़े मत्थे आया, और यही कहता कि साड़ी अरदास जी इन्ने चिर की अरदास साड़ी सुनी गई है। उधरले मुल्क का बछिंदा कोई पंजाबी भाईचारे का बछिंदा उधरले मुल्क का कोई मिले तुहानू अज्ज उत्थे? बिल्कुल सारे मिले जी, मैं दस रहा कि जिस वे भी आपां गए हां सानूं हर बंदा खेड़े मत्थे मिलिया, चाहे वह लड़की सी मुसलमान उत्थों दी पाकिस्तान दी, चाहे लड़के सी, तो उन्होंने ड्रैस भी यहोजी पंजाबी पाई हुई सी, और जो असं गए तो सानू फतेह ही बुलाई उन्होंने, और जिया आख्या सानू उन्होंने लंगर बारे पुछया, पानी बारे पुछया सारा, तो बहुत अच्छा लगे, बहुत अच्छा फील होया कि मेरा तो लाइफ का एक नवा तजर्बा सी। क्या नहीं उन्होंने एक बार फिर कट्ठे रहिए सारे? नहीं बिल्कुल, देखो ये हुण जे आपां दिलों कहीए तो एक स्टार्ट है, और असं भी चाहेंगे हर बंदा चाहेगा कि जे अज लांघा खुलिया तो ये अगे भी अज ने उत्थे हुण जिहड़े लैक्चरर भी होए ने, सिद्धू साहब ने भी दिता लैक्चर, तो इमरान साहब ने भी बोलिया, तो यही मंग की गई सिद्धू साहब वालों कि जिते एक लांघा खुलिया गया तो बाकी भी लांघे खुले जाए, मीन मतलब यही से उन्होंने कहने का कि जिन्हें होर भी साढ़े गुरद्वारे हैगे है, ननकाना साहब है, पंजा साहब है, तकरीबन 160-170 के करीब साढ़े गुरद्वारा साहब है। सो कहने का मतलब यही है कि जे एक लांघा अच्छी शुरुआत हुई है तो असं उम्मीद करते हैं कि जो बाकी गुरुद्वारों के दर्शन दार है वो भी खुले जल्दी खुले जाएंगे, और नाल दी नाल ये भी हो सकता है कि साडा व्यापार भी ये साडा सांझा हो जाए, जिदे नाल दोनों मुल्कों को फायदा है। अज कोई चीज़ असं मंगाने इंडिया से आ रही है वैसे, या इंडिया जो पाकिस्तान से जा रही है, लेकिन वाया दुबई होकर आ रही है, दूसरी कंट्री होकर आ रही है, एक जड़ी चीज़ असी इतों पाकिस्तान तो लैनी है, बॉर्डर क्रॉस करके साडे पंजाब आ जानी है, उही चीज़ जी असं उतों पहला दुबई भेजते हैं, दुबई तो फिर साड़ी इंडिया आती है, ज इंडिया में होकर उत्थे वापस जाती है। सो बड़े फायदे हो सकते इन गलों के अगर असी आपस जरा मिलवर्तन सा खुल जाए, तो असं यही अरदास भी करते हैं और उम्मीद भी करते हैं कि सब कुछ बहुत जल्दी बहुत अच्छा हो जाएगा। बहुत धन्यवाद अबराज साहब, उम्मीदा का लांघा, अबराज साहब कह रहे हैं कि इन्हों उम्मीदा के विचाले होर लांघे भी खुलणगे, होर खुले दर्शन दार भी होणगे, ये सुनेहा जिहड़ा सरहद पार तो आ रहा है, तो सरहद पार तो जिहड़ा सुनेहा आ रहा प्रकाश पुरब के मौके, ये सुनेहा इसका प्रकाश इन्ना वड्डा हो जाए कि सानू सारयां नू सोचना पवे कि जिस तरीके नाल जिहड़ा साडी कौम है की है, साडा भाईचारक सांझ है की है, उस दे विच कड़त्तन पैदा करन वाले जिहड़ियां ताकतां हैगियां उह पासे हो जान, तो ये शांति का लांघा स्थापित हो जाए, दोहां मुल्कां दे बछिंदे है जिहड़े वो प्यार ना रहन, प्यार दी तकरीर है उस बारे जिक्र होना लाजमी है, क्या लांघा जदों भी कोई भी उस लांघे जरिए जाएगा वो प्यार दा पैगाम लैके आएगा, तो प्यार दा पैगाम उत्थे दे के आएगा, यही कामना करते हैं। कैमरा परसन प्रदीप दे नाल मैं KP सिंह करतारपुर कोरीडोर के मुख द्वार तो जस पंजाबी दे लई। इमरान खान साहब कदे इधर सद के सन्मान किया जाए उन्होंने? बिल्कुल जी, जे रब ने चाहे
बस मैं चाहवांगा आपां वी इत्थे इन्ना ही प्यार देईए, दोनों पासे प्यार रहे। खुशामदीद कहिंदे ने उन्हां दा असीं कदी देण नहीं दे सकदे। आगाज़ तो बहुत अच्छा है और अंजाम अच्छे होंगे कि 1947 तो बाद पंजाब वास्ते एडू वड्डी कोई होर खुशी नहीं हो सकती जो अज आपां नूं महसूस होंदी।